ਪੰਜਾਬ ਵਿੱਚ ਅਵਾਰਾ ਪਸ਼ੂ ਵੱਡੀ ਸਮੱਸਿਆ ਬਣ ਚੁੱਕੇ ਨੇ। ਆਏ ਦਿਨ ਇਸ ਨਾਲ ਹਾਦਸੇ ਵਾਪਰਦੇ ਨੇ ਤੇ ਲੋਕਾਂ ਦੀਆਂ ਜਾਨਾਂ ਜਾਂਦੀਆਂ ਨੇ। ਇਸ ਦੇ ਬਾਵਜੂਦ ਵੀ ਸਰਕਾਰ ਇਸ ਸਮੱਸਿਆ ਦਾ ਹੱਲ ਨਹੀਂ ਕਰ ਰਹੀ। ਇਸ ਸਮੱਸਿਆ ਤੋਂ ਅੱਕੇ ਲੋਕਾਂ ਨੇ ਅੱਜ ਅੰਮ੍ਰਿਤਸਰ ਦੇ ਭੰਡਾਰੀ ਪੁਲ ਤੇ ਧਰਨਾ ਲਗਾਇਆ ਤੇ ਅਣਮਿੱਥੇ ਸਮੇਂ ਦੇ ਲਈ ਭੁੱਖ ਹੜਤਾਲ ਸ਼ੁਰੂ ਕੀਤੀ ਹੈ। ਰਾਸ਼ਟਰੀ ਗਊ ਰਕਸ਼ਾ ਮਹਾਂਸੰਘ ਵੱਲੋਂ ਅੱਜ ਅੰਮ੍ਰਿਤਸਰ ਦੇ ਵਿੱਚ ਇਹ ਭੁੱਖ ਹੜਤਾਲ ਸ਼ੁਰੂ ਕੀਤੀ ਗਈ ਹੈ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਸੜਕਾਂ ਤੇ ਘੁੰਮ ਰਹੀਆਂ ਗਾਵਾਂ ਨੂੰ ਗਊਸ਼ਾਲਾ ਪਹੁੰਚਾਉਣ ਦੀ ਮੰਗ ਨੂੰ ਲੈ ਕੇ ਉਹ ਅਣਮਿੱਥੇ ਸਮੇਂ ਲਈ ਭੁੱਖ ਹੜਤਾਲ ਤੇ ਬੈਠੇ ਨੇ। ਪੰਜਾਬ ਸਰਕਾਰ ਨੇ ਵਾਅਦਾ ਕੀਤਾ ਸੀ ਕਿ ਪੰਜਾਬ ਵਿੱਚ ਗਊਸ਼ਾਲਾ ਬਣਾਈ ਜਾਵੇਗੀ, ਜਿਸ ਲਈ ਸਰਕਾਰ ਦੇ ਵੱਲੋਂ ਗਊ ਸੈਸ ਲਗਾਇਆ ਗਿਆ ਹੈ। ਇਸ ਲਈ 2016 ਤੋਂ ਲੈ ਕੇ ਹੁਣ ਤੱਕ ਇਕੱਠੇ ਕੀਤੇ ਗਏ ਗਊ ਸੈਸ ਨੂੰ ਨਵੀਆਂ ਗਊਸ਼ਾਲਾ ਦੇ ਨਿਰਮਾਣ ਲਈ ਜਾਰੀ ਕੀਤਾ ਜਾਵੇ। ਉਹਨਾਂ ਨੇ ਕਿਹਾ ਹੈ ਕਿ ਸਾਡੀ ਅੰਮ੍ਰਿਤਸਰ ਦੇ ਪ੍ਰਸ਼ਾਸਨ ਤੋਂ ਵੀ ਇਹ ਮੰਗ ਹੈ ਕਿ ਅੰਮ੍ਰਿਤਸਰ ਦੀਆਂ ਸੜਕਾਂ ਤੇ ਘੁੰਮ ਰਹੀਆਂ ਅਵਾਰਾ ਗਾਵਾਂ ਨੂੰ ਗਊਸ਼ਾਲਾ ਤੱਕ ਪਹੁੰਚਾਇਆ ਜਾਵੇ। ਉਹਨਾਂ ਕਿਹਾ ਕਿ ਕੁਝ ਮਹੀਨੇ ਪਹਿਲਾਂ ਕੰਮ ਤੋਂ ਵਾਪਸ ਆ ਰਹੇ ਇੱਕ ਵਿਅਕਤੀ ਦੀ ਗਾਂ ਨਾਲ ਟਕਰਾਉਣ ਕਾਰਨ ਮੌਤ ਹੋ ਗਈ ਸੀ, ਜਿਸ ਤੋਂ ਬਾਅਦ ਉਸ ਵਿਅਕਤੀ ਦੇ ਪਰਿਵਾਰਕ ਮੈਂਬਰਾਂ ਨੂੰ ਅੱਜ ਤੱਕ ਇਨਸਾਫ਼ ਨਹੀਂ ਮਿਲਿਆ ਅਤੇ ਨਾ ਹੀ ਕੋਈ ਮੁਆਵਜ਼ਾ ਮਿਲਿਆ। ਉਹਨਾਂ ਨੇ ਕਿਹਾ ਹੈ ਕਿ ਜਿੰਨੇ ਦੇਰ ਤੱਕ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਦੋਂ ਤੱਕ ਅਸੀਂ ਇਸੇ ਤਰੀਕੇ ਨਾਲ ਭੁੱਖ ਹੜਤਾਲ ਜਾਰੀ ਰੱਖਾਂਗੇ। ਅੱਜ ਅਸੀਂ ਭੰਡਾਰੀ ਪੁਲ ਤੇ ਜਿਹੜਾ ਦੁਬਾਰਾ ਤੋਂ ਭੁੱਖ ਹੜਤਾਲ ਤੇ ਬੈਠੇ ਆ, 13 ਜੁਲਾਈ 2024 ਨੂੰ ਵੀ ਅਸੀਂ ਬੈਠੇ ਸੀਗੇ ਅੰਮ੍ਰਿਤਸਰ ਦੇ ਵਿੱਚ, ਜਿਹੜੀਆਂ ਲੋਹਗੜ ਚੌਂਕ ਦੇ ਕੋਲ ਜਿਹੜੀਆਂ ਗਊਆਂ ਨੇ, ਦੁਰਗਿਆਨਾ ਮੰਦਿਰ ਦੇ ਕੋਲ ਜਿਹੜੀਆਂ ਗਊਆਂ ਨੇ, ਉਹਨਾਂ ਨੂੰ ਚੁਕਵਾਉਣ ਵਾਸਤੇ ਅਸੀਂ ਲਾਸਟ ਟਾਈਮ ਵੀ ਬੈਠੇ ਸੀ। ਇਲੀਗਲ ਡੇਅਰੀ ਵਾਲੇ ਜਿਹੜੇ ਉੱਥੇ ਗਊਆਂ ਛੱਡਦੇ ਨੇ, ਉਹਨਾਂ ਦੇ ਲਈ ਵੀ ਉਹਨਾਂ 'ਤੇ ਕਾਰਵਾਈ ਕੀਤੀ ਜਾਏ। ਉਹ ਦੁੱਧ ਲੈ ਕੇ ਗਊਆਂ ਦਾ ਅਤੇ ਕੂੜਾ ਖਾਣ ਵਾਸਤੇ ਜਿਹੜੀਆਂ ਸੜਕਾਂ 'ਤੇ ਗਊਆਂ ਛੱਡ ਰਹੇ ਨੇ, ਉਹਨਾਂ 'ਤੇ ਕਾਰਵਾਈ ਕੀਤੀ ਜਾਏ, ਉਹਨਾਂ ਦੀਆਂ ਡੇਅਰੀਆਂ ਬੰਦ ਕੀਤੀਆਂ ਜਾਣ। ਅਤੇ ਉਹਦੇ ਨਾਲ ਨਾਲ ਇੱਕ ਜਿਹੜਾ ਹਾਦਸਾ ਮੰਦਭਾਗਾ ਜਿਹੜਾ 26 ਜੂਨ ਨੂੰ ਹੋਇਆ, ਮੇਰੇ ਨਾਲ ਭੈਣ ਬੈਠੀ ਹੈ, ਇਹਨਾਂ ਦੇ ਹਸਬੈਂਡ ਕੰਮ ਤੋਂ ਵਾਪਸ ਆ ਰਹੇ ਸੀਗੇ, ਉਹਨਾਂ ਦੇ ਹਸਬੈਂਡ ਦੀ ਜਿਹੜੀ ਡੈਥ ਹੋ ਜਾਂਦੀ ਹੈ ਉਸ ਗਊ ਦੇ ਨਾਲ ਐਕਸੀਡੈਂਟ ਹੋਣ ਕਰਕੇ, 2 ਜੁਲਾਈ ਨੂੰ ਇਲਾਜ ਦੇ ਦੌਰਾਨ, 11 ਜੁਲਾਈ ਨੂੰ ਇਹਨਾਂ ਨੇ ਡੀ ਸੀ ਸਾਹਿਬ ਨੂੰ ਮੰਗ ਪੱਤਰ ਦਿੱਤਾ। ਉਸ ਤੋਂ ਬਾਅਦ ਡੀ ਸੀ ਸਾਹਿਬ ਨੇ ਅੱਗੇ ਫਾਰਵਰਡ ਕਰਤੀ ਐਸ ਡੀ ਐਮ ਨੂੰ, ਅੱਗੇ ਹੋਰ ਕਿਤੇ ਫਾਰਵਰਡ ਹੋਈ, ਲੇਕਿਨ ਇਹਨਾਂ ਨੂੰ ਕੋਈ ਵੀ ਇਨਸਾਫ਼ ਨਹੀਂ ਮਿਲਿਆ। ਇੱਥੇ ਹੀ ਅਸੀਂ ਇਹ ਨਹੀਂ ਰੁਕੇ, ਉਸ ਤੋਂ ਬਾਅਦ ਜਿਹੜੇ ਗਊ ਸੇਵਾ ਕਮਿਸ਼ਨ ਦੇ ਵਾਈਸ ਚੇਅਰਮੈਨ ਨੇ ਮਨੀਸ਼ ਅਗਰਵਾਲ ਜੀ, ਅਗਸਤ ਦੇ ਮਹੀਨੇ ਉਹਨਾਂ ਨੂੰ ਵੀ ਇੱਕ ਲੈਟਰ ਦਿੱਤੀ ਗਈ ਵੀ ਕਾਓਸੈਸਟ ਦੇ ਵਿੱਚੋਂ ਜਿਹੜਾ ਵਾ ਫੰਡ ਇਹਨਾਂ ਨੂੰ ਦਵਾਇਆ ਜਾਏ, ਬੱਚਿਆਂ ਦਾ ਸਿਕਿਓਰ ਕੀਤਾ ਜਾਏ ਫਿਊਚਰ, ਲੇਕਿਨ ਅੱਜ ਤੱਕ ਇਹਨਾਂ ਨੂੰ ਕੋਈ ਇਨਸਾਫ਼ ਨਹੀਂ ਮਿਲਿਆ। ਅਤੇ ਇਸ ਕਰਕੇ ਅੱਜ ਅਸੀਂ ਜਿੰਨੀ ਦੇਰ ਤੱਕ ਇਸ ਭੈਣ ਨੂੰ ਸਰਕਾਰ ਕੋਈ ਮੁਆਵਜ਼ਾ ਨਹੀਂ ਦਿੰਦੀ, ਇਹ ਕੋਈ ਤਰਸ ਦੇ ਆਧਾਰ 'ਤੇ ਨਹੀਂ ਅਸੀਂ ਅੱਜ ਬੈਠੇ, ਇਹਨਾਂ ਦਾ ਹੱਕ ਬਣਦਾ ਵਾ, ਇਹਨਾਂ ਦੇ ਹਸਬੈਂਡ ਕਾਓਸੈਸ ਭਰਦੇ ਸੀ, ਪੰਜਾਬ ਦੀ ਜਨਤਾ ਕਰੋੜਾਂ ਦਾ ਰੁਪਈਆ ਭਰ ਰਹੀ ਹੈ ਕਾਓਸੈਸ, ਇਹਨਾਂ ਨੂੰ ਉਹਨਾਂ ਦਾ ਮੁਆਵਜ਼ਾ ਜਿਹੜਾ ਹੱਕ ਦਿੱਤਾ ਜਾਏ। ਉਹਦੇ ਨਾਲ ਨਾਲ ਜਿਹੜੀਆਂ ਲੋਹਗੜ ਚੌਂਕ ਦੇ ਵਿੱਚ ਗਊਆਂ ਨੇ 50 ਤੋਂ ਵੱਧ ਅਤੇ ਸ਼ਹਿਰ ਦੇ ਵਿੱਚ ਵੱਖ ਵੱਖ ਜਗ੍ਹਾ 'ਤੇ ਗਊਆਂ ਚੁੱਕੀਆਂ ਜਾਣ, ਅਤੇ ਉਹਦੇ ਨਾਲ ਨਾਲ ਜਿਹੜੇ ਇਲੀਗਲ ਡੇਅਰੀ ਵਾਲੇ ਨੇ ਸਾਰੇ ਬਾਹਰ ਜਿਹੜੇ ਕੱਢੇ ਜਾਣ, ਫਿਰ ਹੀ ਅਸੀਂ ਜਿਹੜੀ ਭੁੱਖ ਹੜਤਾਲ ਖਤਮ ਕਰਾਂਗੇ, ਨਹੀਂ ਤਾਂ ਜਿਹੜੀ ਸਾਡੀ ਕੰਟੀਨਿਊ। ਬਿਲਕੁਲ ਸਰ, ਜਦੋਂ ਅਸੀਂ 13 ਜੁਲਾਈ ਨੂੰ ਇੱਥੇ ਸਾਡੇ ਕੋਲ ਕਾਰਪੋਰੇਸ਼ਨ ਦੇ ਉੱਚ ਅਧਿਕਾਰੀ ਆਏ ਸੀਗੇ ਅਤੇ ਉਹਨਾਂ ਨੇ 2-3 ਗੱਡੀਆਂ ਲਿਆਏ, ਉਹਨਾਂ ਨੇ 2-4 ਗਊਆਂ ਚੁੱਕੀਆਂ ਅਤੇ ਸਾਨੂੰ ਕਹਿ ਦਿੱਤਾ ਵੀ ਕਾਰਵਾਈ ਕਰਨੀ ਸ਼ੁਰੂ ਹੋ ਗਈ ਹੈ, 2-4 ਦਿਨਾਂ ਤੱਕ ਸਾਰੀਆਂ ਗਊਆਂ ਜਿਹੜੀਆਂ ਸ਼ੈਲਟਰ ਕੀਤੀਆਂ ਜਾਣਗੀਆਂ। ਮੈਂ ਕਹਾਂਗਾ ਪੰਜਾਬ ਦੀ ਜਨਤਾ ਨੂੰ ਤਾਂ ਬੇਵਕੂਫ ਬਣਾ ਰਹੇ ਆ, ਲੇਕਿਨ ਜਿਹੜੇ ਇੱਥੇ ਮੋਤਵਾਰ ਬੰਦੇ ਵੀ ਸ਼ਹਿਰ ਦੇ ਆਏ ਸੀਗੇ ਉਹਨਾਂ ਨੂੰ ਵੀ ਕਾਰਪੋਰੇਸ਼ਨ ਨੇ ਬੇਵਕੂਫ ਬਣਾਇਆ। ਇਸ ਵਾਰ ਅਸੀਂ ਬੇਵਕੂਫ ਨਹੀਂ ਬਣਾਂਗੇ, ਜਿੰਨੀ ਦੇਰ ਤੱਕ ਗਊਆਂ ਚੁੱਕੀਆਂ ਨਹੀਂ ਜਾਣਗੀਆਂ, ਜਗ੍ਹਾ ਕਲੀਅਰ ਨਹੀਂ ਹੋਏਗੀ ਉਨੀ ਦੇਰ ਤੱਕ, ਦਿਨ ਰਾਤ ਇੱਥੇ ਜਾਂ ਭਾਵੇਂ ਸਾਨੂੰ ਜਿੰਨੇ ਮਰਜ਼ੀ ਦਿਨ ਲੱਗ ਜਾਏ। ਬਿਲਕੁਲ ਸਰ, ਅਸੀਂ ਅੱਜ ਇਹੀ ਦੇਖੋ ਆ ਲਿਖ ਕੇ ਲਿਆਂਦਾ ਵਾ ਕਿ ਕਾਰਪੋਰੇਸ਼ਨ ਵੇਟ ਕਰ ਰਹੀ ਹੈ ਫੋਰ ਅਨਦਰ ਡੈਥ। ਮੈਨੂੰ ਤਾਂ ਇਹੀ ਲੱਗਦਾ ਵੀ ਕਾਰਪੋਰੇਸ਼ਨ ਵੇਟ ਕਰ ਰਹੀ ਹੈ ਕਿਸੇ ਹੋਰ ਦਾ ਜੀ ਜਾਏ ਫੈਮਿਲੀ ਦਾ, ਅਤੇ ਉਹ ਤਮਾਸ਼ਾ ਦੇਖ ਰਹੀ ਹੈ ਕਾਰਪੋਰੇਸ਼ਨ। ਮੈਂ ਕਹਾਂਗਾ ਵੀ ਕਾਰਪੋਰੇਸ਼ਨ ਦੇ ਜਿਹੜੇ ਕਮਿਸ਼ਨਰ ਜਦੋਂ ਅਸੀਂ ਲੱਗਦੇ ਹਾਂ ਨਾ, ਇੱਕ ਪੜ੍ਹਿਆ ਲਿਖਿਆ ਬੰਦਾ ਜਿਹੜਾ ਕਮਿਸ਼ਨਰ ਲੱਗਦਾ, ਉਹਨਾਂ ਨੂੰ ਜਿਹੜੇ 10ਵੀਂ ਪਾਸ ਜਿਹੜੇ
ਮੈਂ ਕਹਾਂਗਾ ਜਿਹੜੇ ਲੀਡਰਾਂ ਦੇ ਕਹਿਣ 'ਤੇ ਉਹ ਨਾ ਚੱਲਣ, ਉਹ ਆਪਣੀ ਪੜ੍ਹਾਈ ਦਾ ਪੂਰਾ ਇਸਤੇਮਾਲ ਕਰਨ ਅਤੇ ਕਾਓਸੈਸ ਜਿਹੜਾ ਜਨਤਾ ਨੂੰ ਦੇਣ ਵੀ, ਅਤੇ ਉਹਨਾਂ ਦੇ ਲਾਹਣ ਵੀ ਗਵਾਂ ਦੇ ਉੱਪਰ, ਫਿਰ ਵੀ ਤੁਹਾਡੀ ਤਾਂ ਪੜ੍ਹਾਈ ਦਾ ਫਾਇਦਾ, ਅਦਰਵਾਈਜ਼ ਤੁਹਾਨੂੰ ਪੜ੍ਹਨ ਦਾ ਕੀ ਫਾਇਦਾ ਐਡੀ ਵੱਡੀ ਸੀਟ 'ਤੇ ਜੇ ਤੁਸੀਂ ਪਬਲਿਕ ਦਾ ਕੰਮ ਹੀ ਨਹੀਂ ਕਰ ਸਕਦੇ। ਸਰ ਅੱਜ ਅਸੀਂ ਸਰਕਾਰ ਨੂੰ ਜਗਾਉਣ ਲਈ ਬੈਠੇ ਹਾਂ, ਜਿਨ੍ਹਾਂ ਦੀ ਲਾਪਰਵਾਹੀ ਕਾਰਨ ਅਸੀਂ ਮੈਂ ਆਪਣੇ ਹਸਬੈਂਡ ਨੂੰ ਖੋਇਆ ਅਤੇ ਇਹ ਗੁੜੀਆ ਨੇ ਆਪਣੇ ਪਿਤਾ ਨੂੰ ਖੋਇਆ ਵਾ। 26 ਜੂਨ ਨੂੰ ਉਹਨਾਂ ਦੇ ਐਕਸੀਡੈਂਟ ਹੋਣ ਤੋਂ ਬਾਅਦ 2 ਜੁਲਾਈ ਨੂੰ ਉਹਨਾਂ ਦੀ ਡੈਥ ਹੋ ਗਈ। ਅਸੀਂ ਸਰਕਾਰ ਨੂੰ ਮੰਗ ਕੀਤੀ ਸੀ ਕਿ ਸਾਡਾ ਬਣਦਾ ਮੁਆਵਜ਼ਾ ਸਾਨੂੰ ਦਿੱਤਾ ਜਾਏ, ਤਾਂ ਕਿ ਕਿਉਂਕਿ ਇਹ ਉਹਨਾਂ ਦੀ ਲਾਪਰਵਾਹੀ ਸੀਗੀ। ਉਹਨਾਂ ਦੀ ਲਾਪਰਵਾਹੀ ਕਾਰਨ ਫਿਰ ਗਊਆਂ ਜਿਹੜੀਆਂ ਉਹ ਸੜਕ 'ਤੇ ਖੁੱਲ੍ਹੇ ਆਮ ਘੁੰਮਦੀਆਂ ਨੇ, ਬਟ ਸਰਕਾਰ ਨੇ ਸਾਨੂੰ ਹਜੇ ਤੱਕ ਕੋਈ ਮੁਆਵਜ਼ਾ ਨਹੀਂ ਦਿੱਤਾ, ਨਾ ਕਿਸੇ ਉੱਚ ਅਧਿਕਾਰੀ ਨੇ ਸਾਨੂੰ ਮਿਲੇ ਨੇ, ਨਾ ਉਹਨਾਂ ਨੇ ਕੋਈ ਆਸ਼ਵਾਸਨ ਦਿੱਤਾ ਸਰ। ਅਤੇ ਡਾਕਟਰ ਰੋਹਨ ਮਹਿਰਾ ਜੀ ਨੇ ਸਾਨੂੰ ਇਹ ਆਸ਼ਵਾਸਨ ਦਵਾਇਆ ਕਿ ਅਸੀਂ ਤੁਹਾਡਾ ਬਣਦਾ ਹੱਕ ਤੁਹਾਨੂੰ ਦਵਾਵਾਂਗੇ।